ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ। ਪ੍ਰਾਈਮ ਟਾਕ ਦੇ ਵਿੱਚ ਗੱਲ ਹੁੰਦੀ ਹੈ ਵੱਖ-ਵੱਖ ਮੁੱਦਿਆਂ ਦੀ, ਵੱਖ-ਵੱਖ ਮੁੱਦਿਆਂ ਦੇ ਉੱਪਰ ਕਰਦੇ ਹਾਂ ਅਸੀਂ ਚਰਚਾ ਤੇ ਜੋ ਤੁਹਾਡੇ ਸਵਾਲ ਹੁੰਦੇ ਨੇ ਉਹਨਾਂ ਦੇ ਜਵਾਬ ਦੇਣ ਲਈ ਅਸੀਂ ਜੋ ਵੀ ਢੁਕਵੀਂ ਸ਼ਖਸੀਅਤ ਹੁੰਦੀ ਹੈ ਉਸ ਨੂੰ ਆਪਣੇ ਸਟੂਡੀਓ ਵਿੱਚ ਸੱਦਾ ਦਿੰਦੇ ਹਾਂ ਤੇ ਤੁਹਾਡੇ ਸਵਾਲਾਂ ਦੇ ਸਹੀ ਜਵਾਬ ਲੈ ਕੇ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਕੱਲ੍ਹ ਜਦੋਂ ਅਸੀਂ ਗੱਲ ਕਰਦੇ ਹਾਂ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਤੇ ਲਗਭਗ ਹਰ ਜਗ੍ਹਾ ਤੋਂ ਇਹ ਆਵਾਜ਼ ਆਉਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਪਹੁੰਚਿਆ ਜਾਵੇ ਤੇ ਕੈਨੇਡਾ ਪਹੁੰਚ ਕੇ ਪੱਕੇ ਹੋਇਆ ਜਾਵੇ, ਪਰ ਇਹ ਸਫ਼ਰ ਕੀ ਇੰਨਾ ਹੀ ਆਸਾਨ ਹੈ ਜਾਂ ਇਹਨੂੰ ਇੰਨਾ ਆਸਾਨ ਕਿਵੇਂ ਬਣਾਇਆ ਜਾ ਸਕਦਾ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਮੇਰੇ ਨਾਲ ਨੇ ਮਾਨ ਇਮੀਗ੍ਰੇਸ਼ਨ ਤੋਂ ਕਮਲ ਮਾਨ ਜੀ। ਕਮਲ ਜੀ, ਸਵਾਗਤ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ। ਥੈਂਕ ਯੂ ਸੋ ਮਚ ਫਾਰ ਹੈਵਿੰਗ ਅਸ ਅਗੇਨ। ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਮਲ ਮਾਨ, ਤੁਹਾਡਾ ਜਾਣਿਆ ਪਛਾਣਿਆ ਚਿਹਰਾ, ਕਿਉਂਕਿ ਪਹਿਲਾਂ ਆਪਾਂ ਜਿੰਨੇ ਵੀ ਪ੍ਰੋਗਰਾਮ ਕੀਤੇ ਤੁਹਾਡੇ ਵੱਲੋਂ ਉਹਨਾਂ ਨੂੰ ਬੜਾ ਹੀ ਭਰਪੂਰ ਹੁੰਗਾਰਾ ਮਿਲਿਆ, ਤੁਸੀਂ ਬਹੁਤ ਪਸੰਦ ਕੀਤੇ ਉਹ ਪ੍ਰੋਗਰਾਮ, ਇਸ ਵਾਸਤੇ ਅਸੀਂ ਤੁਹਾਡੇ ਧੰਨਵਾਦੀ ਹਾਂ। ਅਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਮਲ ਜੀ, ਅਸੀਂ ਫੈਮਿਲੀ ਸਪੋਂਸਰਸ਼ਿਪ ਦੀ ਗੱਲ ਕਰਦੇ ਹਾਂ, ਕਿਉਂਕਿ ਉਹਦੇ ਬਾਰੇ ਬਹੁਤ ਸਾਰੇ ਸਵਾਲ ਆਉਂਦੇ ਨੇ ਸਾਡੇ ਕੋਲ ਵੀ, ਅਤੇ ਪ੍ਰਾਈਮ ਏਸ਼ੀਆ ਦੇ ਮਾਧਿਅਮ ਨਾਲ ਤੁਹਾਡੇ ਕੋਲ ਵੀ ਬਹੁਤ ਸਾਰੇ ਸਵਾਲ ਆਉਂਦੇ ਹੋਣਗੇ, ਉਹਦੇ ਬਾਰੇ ਥੋੜ੍ਹੀ ਗੱਲ ਕਰਦੇ। ਫੈਮਿਲੀ ਸਪੋਂਸਰਸ਼ਿਪ ਕਿਵੇਂ ਕੀਤੀ ਜਾਵੇ, ਕਿਹੜਾ ਤਰੀਕਾ ਸਭ ਤੋਂ ਵਧੀਆ? ਹਾਂਜੀ ਬਿਲਕੁਲ। ਸੋ ਆਪਾਂ ਜਿਹੜਾ ਪਿਛਲਾ ਪ੍ਰੋਗਰਾਮ ਕੀਤਾ ਸੀ ਉਹਦੇ 'ਚ ਵੀ ਆਪਾਂ ਹਾਈਲਾਈਟ ਕੀਤੀਆਂ ਸੀਗੀਆਂ ਕਿ ਹੁਣ ਚੇਂਜਸ ਬਹੁਤ ਵਧੀਆ ਇੰਟਰੋਡਿਊਸ ਕੀਤੀਆਂ ਗਈਆਂ ਇਸ ਪ੍ਰੋਗਰਾਮ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਫੈਮਿਲੀ ਸਪੋਂਸਰਸ਼ਿਪ ਜਿਹਦੇ 'ਚ ਤੁਸੀਂ ਆਪਣੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਜਾਂ ਆਪਣੇ ਜਿਹੜੇ ਤੁਹਾਡੇ ਡਿਪੈਂਡੈਂਟ ਸਿਬਲਿੰਗਸ ਨੇ ਉਹਨਾਂ ਨੂੰ ਬੁਲਾ ਸਕਦੇ ਹਾਂ ਇਸ ਕੈਟੇਗਰੀ ਦੇ ਅੰਡਰ। ਜਿਹੜੀਆਂ ਜਨਵਰੀ 2019 ਦੇ ਵਿੱਚ ਐਪਲੀਕੇਸ਼ਨਸ ਐਕਸੈਪਟ ਹੋ ਰਹੀਆਂ ਨੇ ਉਹ ਹੋ ਰਹੀਆਂ ਨੇ ਫਸਟ ਕਮ ਐਂਡ ਫਸਟ ਸਰਵ ਬੇਸਿਸ 'ਤੇ। ਸੋ ਜੇ ਤੁਸੀਂ ਫੁੱਲੀ ਪ੍ਰਿਪੇਅਰਡ ਹੋ, ਤੁਹਾਡੇ ਕੋਲ ਸਾਰੀ ਡਾਕੂਮੈਂਟੇਸ਼ਨ ਰੈਡੀ ਆ ਐਂਡ ਤੁਸੀਂ ਐਸ ਸੂਨ ਐਸ ਜਿਹੜਾ ਪ੍ਰੋਗਰਾਮ ਓਪਨ ਹੁੰਦਾ ਹੈ ਆਪਣੀ ਜਿਹੜੀ ਪ੍ਰੋਫਾਈਲ ਸਬਮਿਟ ਕਰ ਦਿੰਦੇ ਹੋ, ਬਿਲਕੁਲ ਜਿਹੜੀ ਤੁਹਾਡੀ ਪ੍ਰੋਫਾਈਲ ਸਿਲੈਕਟ ਹੋ ਜਾਏਗੀ। ਬਿਕੋਜ਼ ਪ੍ਰੀਵੀਅਸਲੀ ਜਿਹੜੇ ਦ ਵੇ ਜਿਹੜਾ ਫਾਈਲ ਸਿਲੈਕਟ ਹੋ ਰਹੀਆਂ ਸੀਗੀਆਂ ਦੈਟ ਵਾਸ ਲੋਟਰੀ ਸਿਸਟਮ। ਸੋ ਲੋਟਰੀ ਜਿਹੜਾ ਆ ਹੁਣ ਤੁਹਾਡੀ ਫੈਮਿਲੀ ਦੀ ਰੀਯੂਨੀਫਿਕੇਸ਼ਨ ਤੁਹਾਡੇ ਨਾਲ ਇਸ ਪਿਓਰਲੀ ਬੇਸਡ ਔਨ ਲੱਕ ਕਿ ਜੇ ਤੁਹਾਡਾ ਲੱਕ ਹੈਗਾ ਆ ਤਾਂ ਤੁਹਾਡਾ ਨੰਬਰ ਆ ਸਕਦਾ ਆ, ਅਦਰਵਾਈਜ਼ ਯੂ ਕੁਡ ਬੀ ਵੇਟਿੰਗ ਫੋਰ ਨੈਕਸਟ 10 ਈਅਰਸ, ਹੈ ਨਾ। ਸੋ ਹੁਣ ਜਨਵਰੀ 2019 ਦੇ ਵਿੱਚ 20,000 ਜਿਹੜੀਆਂ ਐਪਲੀਕੇਸ਼ਨਸ ਗਵਰਨਮੈਂਟ ਐਕਸੈਪਟ ਕਰ ਰਹੀ ਹੈ, ਇਟਸ ਅ ਵੈਰੀ ਗੁੱਡ ਨੰਬਰ। ਸੋ ਯੂ ਸਟੈਂਡ ਅ ਵੈਰੀ ਗੁੱਡ ਚਾਂਸ, ਬਟ ਅਗੈਨ ਐਸ ਲੌਂਗ ਐਸ ਕਿ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਰੈਡੀ ਆ ਐਂਡ ਟਾਈਮਲੀ ਮੈਨਰ ਦੇ ਵਿੱਚ ਐਪਲੀਕੇਸ਼ਨ ਹੋਵੇ ਤਾਂ ਤੁਸੀਂ ਬਿਲਕੁਲ ਆਪਣੀ ਫੈਮਿਲੀ ਨੂੰ ਇੱਥੇ ਕੈਨੇਡਾ ਆਪਣੇ ਨਾਲ ਰਹਿਣ ਲਈ ਬੁਲਾ ਸਕਦੇ ਹੋ। ਬਿਲਕੁਲ। ਅਤੇ ਜਦੋਂ ਕਿਸੇ ਨੇ ਇਹ ਫਾਈਲ ਲਗਾਉਣੀ ਹੁੰਦੀ ਹੈ ਤਾਂ ਹਰੇਕ ਦੇ ਮਨ ਦੇ ਅੰਦਰ ਇੱਕ ਸਵਾਲ ਹੁੰਦਾ ਕਿ ਮੈਂ ਉਸ ਜਗ੍ਹਾ 'ਤੇ ਫਾਈਲ ਲਗਾਵਾਂ ਜਾਂ ਮੇਰੇ ਜਿਹੜਾ ਕੰਸਲਟੈਂਟ ਹੈ ਉਹ ਇਸ ਤਰ੍ਹਾਂ ਦਾ ਹੋਵੇ ਕਿ ਫਾਈਲ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ, ਫਿਰ ਕਮਲ ਮਾਨ ਹੁਣਾਂ ਕੋਲ ਕਿਉਂ ਆਵੇ? ਤੁਸੀਂ ਕਿਸ ਤਰ੍ਹਾਂ ਅਲੱਗ ਤਰੀਕੇ ਨਾਲ ਤਿਆਰੀ ਕਰਦੇ ਹੋ? ਨੋ ਬਿਲਕੁਲ, ਇਟਸ ਅ ਵੈਰੀ ਗੁੱਡ ਕੁਐਸਚਨ ਦੈਟ ਦੇਰ ਆਰ ਸੋ ਮੈਨੀ ਐਕਸਪੀਰੀਅੰਸਡ ਐਂਡ ਗੁੱਡ ਕੰਸਲਟੈਂਟਸ ਆਊਟ ਦੇਅਰ, ਦੈਨ ਵਾਈ ਯੂ ਸ਼ੁੱਡ ਕਮ ਟੂ ਅਸ। ਜਿਹੜੀ ਪਹਿਲੀ ਚੀਜ਼, ਫਿਊ ਥਿੰਗਸ ਆਈ ਵੁੱਡ ਲਾਈਕ ਟੂ ਹਾਈਲਾਈਟ ਹੀਅਰ ਇਜ਼ ਦੈਟ ਡੈਫੀਨੇਟਲੀ ਵੀ ਆਰ ਹਾਈਲੀ ਐਕਸਪੀਰੀਅੰਸਡ ਇਨ ਦਿਸ ਫੀਲਡ, ਇਟਸ ਆਰ ਮੇਨ ਏਰੀਆ ਆਫ ਪ੍ਰੈਕਟਿਸ। ਐਂਡ ਦੂਜੀ ਚੀਜ਼ ਜਿਹੜੀ ਆ, ਜਿੱਦਾਂ ਹੁਣ ਇਹ ਫਸਟ ਕਮ ਫਸਟ ਸਰਵ ਬੇਸਿਸ 'ਤੇ ਐਪਲੀਕੇਸ਼ਨਸ ਐਕਸੈਪਟ ਹੋ ਰਹੀਆਂ ਆ, ਸੋ ਸਾਡਾ ਟਾਰਗੇਟ ਕੀ ਆ ਕਿ ਜਿੰਨੇ ਵੀ ਸਾਡੇ ਕਲਾਇੰਟਸ ਨੇ ਉਹਨਾਂ ਵੱਲੋਂ ਵੀ ਹੈਵ ਦ ਹੋਲ ਐਪਲੀਕੇਸ਼ਨ ਰੈਡੀ ਬਾਈ ਡਿਸੰਬਰ 15th। ਸੋ ਜਿਹੜਾ ਪ੍ਰੋਗਰਾਮ ਓਪਨ ਹੋਣਾ ਆ ਜੇ ਜਨਵਰੀ 1st ਨੂੰ ਓਪਨ ਹੋਣਾ ਆ, ਪਰ ਸਾਡੀ ਡੈਡਲਾਈਨ ਹੈਗੀ ਆ ਕਿ ਆਪਾਂ ਡਿਸੰਬਰ 15th ਤੱਕ ਫੁੱਲ ਐਪਲੀਕੇਸ਼ਨ ਰੈਡੀ ਰੱਖੀਏ, ਸੋ ਦੈਟ ਵੈਨ ਦ ਟਾਈਮ ਕਮਸ ਕਿ ਉਸ ਟਾਈਮ 'ਤੇ ਆਪਾਂ ਡਾਕੂਮੈਂਟੇਸ਼ਨ ਪਿੱਛੇ ਨਹੀਂ ਭੱਜ ਰਹੇ, ਉਸ ਟਾਈਮ 'ਤੇ ਆਪਾਂ ਇਹ ਨਹੀਂ ਕਹਿ ਰਹੇ ਕਿ ਹਾਂਜੀ ਸਾਨੂੰ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰੋ, ਦੈਨ ਵੀ ਵਿਲ ਬੀ ਏਬਲ ਟੂ ਸਬਮਿਟ ਯੋਰ ਫਾਈਲ। ਸੋ ਵੀ ਆਰ ਵੈਰੀ ਵੈਰੀ ਵੈਲ ਪ੍ਰਪੇਅਰਡ ਐਂਡ ਅਕੋਰਡਿੰਗਲੀ ਅਸੀਂ ਜਿਹੜੇ ਆਪਣੇ ਕਲਾਇੰਟਸ ਨੂੰ ਵੀ ਸੇਮ ਐਕਸਪੈਕਟੇਸ਼ਨ ਜਿਹੜੀ ਰੱਖਦੇ ਹਾਂ ਕਿ ਹਾਂਜੀ ਸਾਨੂੰ ਤੁਹਾਡੇ ਵੱਲੋਂ ਜਿਹੜਾ ਇਹ ਪੇਪਰ ਵਰਕ ਚਾਹੀਦਾ, ਵੀ ਨੀਡਿਡ ਬਾਈ ਦਿਸ ਡੈਡਲਾਈਨ, ਯੈਸ ਵੀ ਹੈਵ ਇਟ, ਦੈਨ ਐਬਸੋਲਿਊਟਲੀ ਜਦੋਂ ਜਿਹੜੀ ਤੁਹਾਡੀ ਐਪਲੀਕੇਸ਼ਨ ਆ ਟਾਈਮਲੀ ਮੈਨੇਜ ਕੀਤੀ ਜਾਏਗੀ ਐਂਡ ਕੰਪਲੀਟ ਐਪਲੀਕੇਸ਼ਨ ਜੋ ਵੀ ਇਮੀਗ੍ਰੇਸ਼ਨ ਨੂੰ ਇਨਫੋਰਮੇਸ਼ਨ ਰਿਕੁਆਇਰਡ ਆ ਉਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਏਗੀ, ਦੈਨ ਡੈਫੀਨੇਟਲੀ ਦੇਰ ਇਜ਼ ਅ ਵੈਰੀ ਵੈਰੀ ਗੁੱਡ ਚਾਂਸ ਫੋਰ ਯੂ ਟੂ ਬੀ ਸਿਲੈਕਟਿਡ। ਜੀ, ਅਤੇ ਹੁਣ ਜਦੋਂ ਤੁਹਾਨੂੰ ਕਿਸੇ ਫੋਨ ਕਰਨਾ, ਸੰਪਰਕ ਕਰਨਾ, ਕਿਉਂਕਿ ਜਦੋਂ ਮੈਂ ਫੈਮਿਲੀ ਸਪੋਂਸਰਸ਼ਿਪ ਦੀ ਗੱਲ ਕਰਦੇ ਹਾਂ ਤਾਂ ਲੋਕ ਕਹਿੰਦੇ ਜਲਦੀ ਜਲਦੀ ਫੋਨ ਕਰ ਦਈਏ ਕਿਤੇ ਅਸੀਂ ਲੇਟ ਨਾ ਹੋ ਜਾਈਏ, ਕਿਉਂਕਿ ਤਰੀਕ ਵੀ ਬਿਲਕੁਲ ਨੇੜੇ ਆ ਰਹੀ ਹੈ। ਬਿਲਕੁਲ ਬਿਲਕੁਲ। ਕਿਸ ਫੋਨ ਨੰਬਰ 'ਤੇ ਤੁਹਾਡਾ ਸੰਪਰਕ ਕੀਤਾ ਜਾ ਸਕਦਾ? ਹਾਂਜੀ ਬਿਲਕੁਲ, ਸਾਡਾ ਫੋਨ ਨੰਬਰ ਹੈਗਾ ਜੀ 416-8-26-0002। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@maanimmigration.com। ਜੀ, ਹੁਣ ਜਰਾ ਦੱਸਿਓ ਆਪਣੇ ਦਫ਼ਤਰ ਕਿੱਥੇ ਕਿੱਥੇ ਆ, ਤੁਸੀਂ ਕਿੱਥੇ ਕਿੱਥੇ ਕਦੋਂ ਮਿਲ ਸਕਦੇ ਹੋ? ਬਿਲਕੁਲ ਜੀ, ਵੀ ਆਰ ਲੋਕੇਟਡ ਇਨ ਬ੍ਰੈਂਪਟਨ ਐਂਡ ਮਾਰਕਹਮ। ਜਿਹੜੇ ਐਡਰੈਸਿਸ ਆ ਤੁਹਾਡੀ ਸਕਰੀਨ 'ਤੇ ਵੀ ਆ ਰਹੇ ਨੇ ਐਂਡ ਇਹਦੇ ਨਾਲ ਨਾਲ ਜੇ ਤੁਸੀਂ ਮੈਨੂੰ ਮਿਲਣਾ ਆ, ਪਲੀਜ਼ ਇਟਸ ਅ ਵੈਰੀ ਕਾਈਂਡ ਰਿਕੁਐਸਟ, ਤੁਸੀਂ ਅਪੋਇੰਟਮੈਂਟ ਜ਼ਰੂਰ ਸੈਟਅਪ ਕਰੋ, ਬਿਕੋਜ਼ ਇਟਸ ਹਾਰਡ ਟੂ ਫਿਗਰ ਆਊਟ ਕਿ ਵਟ ਡੇ ਔਰ ਵਿਚ ਟਾਈਮ ਆਈ ਵਿਲ ਬੀ ਅਵੇਲੇਬਲ ਇਨ ਵਿਚ ਆਫਿਸ। ਸੋ ਇਸ ਕਰਕੇ ਜੇ ਤੁਸੀਂ ਪਹਿਲਾਂ ਆਪਣੀ ਅਪੋਇੰਟਮੈਂਟ ਸੈਟਅਪ ਕੀਤੀ ਹੋਈ ਆ, ਦੈਨ ਤੁਹਾਨੂੰ ਵੀ ਨਹੀਂ ਵੇਟ ਕਰਨੀ ਪਊਗੀ ਐਂਡ ਵੀ ਵਿਲ ਬੀ ਆਲਸੋ ਪ੍ਰਪੇਅਰਡ ਕਿ ਅਸੀਂ ਤੁਹਾਨੂੰ ਕਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ ਐਂਡ ਇਟ ਵਿਲ ਗੋ ਸਮੂਥ ਬੋਥ ਵੇਜ਼। ਜੀ, ਹੁਣ ਬੱਚਿਆਂ ਨੂੰ ਬਾਹਰ ਭੇਜ
सारे जो इंटरनेशनल स्टूडेंट आते हैं जानकारी की बहुत घट होती है। बिल्कुल बिल्कुल जी। सो हूँ जो तुम इंडिया के कैनेडा आना है दैन कि डिफरेंट तरीके हो सकते हैं पहला तो सो जो परमानेंट बेसिस से आ सकते हो इतने इमीग्रेट कर सकते हैं या फिर जो तुम टैंपरेरी बेसिस से आना है तुम एज अ स्टूडेंट आ सकते हो एंड दैन तुम जो वर्क परमिट भी अप्लाई करना है यू कैन कम अंडर वर्क परमिट एज वेल। मैं ब्रीफली एक्सप्लेन कर दिनी हूँ कि इन तिना तरीकों के लिए की मेन रिक्वायरमेंट्स हो गई। सो जे तो तुम इंडिया के एक साल स्किल्ड वर्क के काम किया होया या थोड़ी एजुकेशन वधिया या यू हैव बैचलर्स और मास्टर्स एंड तुम आईलेट्स के वधिया नंबर लै सकते हो दैन डेफिनेटली तुम जरा सीधा पी आर के बेसिस से कैनेडा इमीग्रेट कर सकते हो। सो हूँ जरा पी आर के बेसिस से करते हो थोड़ी जी एप्लीकेशन एक्सप्रैस एंट्री अंडर लगती है। एक्सप्रैस एंट्री में दो कैटेगरीज आ जाती हैं मेनली जिड़ियाँ इंडिया जो तुम आउटसाइड कैनेडा हो पहली हैगी फैडरल स्किल्ड वर्कर एंड दूजी हैगी फैडरल स्किल्ड ट्रेड। सो फैडरल स्किल्ड वर्कर के जिदा जे थोड़े कोई मैनेजर का रोल है या कोई सुपरवाइजर के काम किया कोई सॉफ्टवेयर इंजीनियरिंग वगैरह का दे आर मिलियनस ऑफ जॉब टाइटल्स जो फॉल करते हैं बट जिदा दीज विल बी द मेन एग्जाम्पल्स। थोड़े को इस कैटेगरी के मिनीमम एक साल का वर्क एक्सपीरियंस हैगा या तुसी आइल्स के जड़ा या सी एल बी लैवल 7 स्कोर कर सकते हो तो तुसी जड़ा या परमानेंटली इमीग्रेट कर सकते हैं अंडर फैडरल स्किल्ड वर्कर। हुण जे तुहाडे कोल एक्सपीरियंस हैगा या एज अ मकैनिक एज अ पेंटर कोई कारपेंटरी विच एक्सपीरियंस हैगा या जां कोई जिदा शेफ्स वगैरह दी जिहड़ियां कैटेगरीज ने ये फैडरल स्किल्ड ट्रेड अंदर भी आ जांदियां ने। इहदे च आईलेट्स दी रिक्वायरमेंट ज़्यादा नहीं हुंदी बट इहदे च जां तां तुहाडे कोल कैनेडा च जॉब ऑफर होवे अपनी जिहड़ी रिलेटेड स्ट्रीम दे विच जां तुहाडे कोल जिहड़ी सर्टिफिकेशन होवे जिहड़ी भी प्रोविंस दे विच इत्थे कैनेडा तुसीं आउणा चाहुंदे हो सो दैट विल बी अंडर फैडरल स्किल्ड ट्रेड। सो नाउ जे थोड़े कोले तुसी हुणे ग्रेजुएट होए हो थोड़े कोले वर्क एक्सपीरियंस हाले नहीं गा तुसी कैनेडा जड़ा या टेंपरेरी बेसिस ते आ सकते हो ईदर एज अ स्टूडेंट और एज अ वर्कर जी। सो जे तुसी स्टूडेंट आना है बिल्कुल जी थानू आइल्स करनी पैनी है जिहड़ी मिनिमम बैंड्स दी एक्सपेक्टेशन दैट आई जिदा ए बहुत कॉमनली आस्क क्वेश्चन हुंदा है यू ट्राई टू स्कोर 6.5 नो सब स्कोर जिहड़ा लैस दैन 6 होना चाहिए है एंड तुसी चाहे 12वीं की है ग्रेजुएशन की है जो थोड़े कोई पढ़ाई गैप हैगा है तुसी सानू कॉन्टैक्ट कर सकते हैं वी कैन गाइड यू प्रॉपरली कि आप किदां वधिया जिहड़ी एप्लीकेशन बना के ला सकते हैं सो दैट यू आर सक्सैसफुल जी। एंड जिहड़ी हुण नैक्सट कैटेगरी रहेगी वर्क परमिट की अगैन वी गैट न्यूमरस इनकुआरीज के जी मैं कैनेडा के वर्क परमिट से आना चाहना हाँ। सो जे तुसी इत्थे आके काम करना चाहते हो कैनेडा के कोई इंपलॉयर होना चाहिए है जिहड़ा तुहानू हायर कर सकता है एंड जिहड़ा इंपलॉयर आ इत्थे उन्होंने फॉरमैलिटीज़ करनी होंदियां दे नीड लेबर मार्केट इंपैक्ट असैसमेंट जिहनू आपां LMIA कह दिंदे हां। सो दैट इज़ द ओनली वे फॉर यू टू गैट वर्क परमिट हियर इन कैनेडा। जे थोड़े कोई इंपलॉयर नहीं हैगा तुहानू जॉब ऑफर इत्थों नहीं जिहड़ा मिल रहा हैगा गा दैन यू आर not able to come under the work permit. ek hor category hundi hai jinu apa kehne ha open work permits. so jehde open work permit ne je thode spouse as time ithe canada de vich ਪੜ੍ਹਾਈ ਕਰ ਰਹੇ ਨੇ ਜਾਂ ਉਹ ਇੱਥੇ ਵਰਕ ਪਰਮਿਟ ਨੇ ਤੇ ਨੇ ਤਾਂ ਤੁਸੀਂ ਬਿਲਕੁਲ ਜਿਹੜਾ ਆ ਆਪਣਾ ਇੱਥੇ ਓਪਨ ਵਰਕ ਪਰਮਿਟ ਤੇ ਆ ਸਕਦੇ ਹੋ ਜੀ। ਹੁਣ ਇੱਕ ਹੋਰ ਵੀ ਬਹੁਤ ਸਵਾਲ ਆਉਂਦੇ ਆ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਕਿ ਮੈਂ ਕਿਸ ਨਾ ਕਿਸ ਤਰੀਕੇ ਨਾਲ ਵਿਜ਼ਿਟਰ ਕੈਨੇਡਾ ਚਲੇ ਜਾਂ ਐਂਟਰ ਹੋ ਜਾਂ ਪਰਿਵਾਰ ਸਮੇਤ ਉੱਥੇ ਪਹੁੰਚ ਜਾਂ ਮੁੜ ਕੇ ਮੈਂ ਵਾਪਸ ਨਹੀਂ ਆਉਂਦਾ ਇਹ ਜਿਹੜੀ ਧਾਰਨਾ ਹੈ ਲੋਕਾਂ ਦੀ ਇਹ ਕਿੰਨੀ ਕੁ ਸਹੀ ਹੈ ਜੀ। ਇਹਦੇ 'ਚ ਅਗੈਨ ਜਿਵੇਂ ਹੁਣ ਤੁਸੀਂ ਕੈਨੇਡਾ 'ਚ ਵਿਜ਼ਟਰ ਆ ਗਏ ਹੋ ਮੈਨੂੰ ਕਾਮਨ ਕੁਐਸਚਨ ਆਉਂਦਾ ਜੀ ਅਸੀਂ ਵਰਕ ਪਰਮਿਟਸ ਕਨਵਰਟ ਕਰਵਾ ਸਕਦੇ ਹਾਂ ਕਿ ਨਹੀਂ ਉਹਨੂੰ। ਸੋ ਟੈਕਨੀਕਲੀ ਆਪਾਂ ਬੋਲੀਏ ਹਾਂਜੀ ਤੁਸੀਂ ਵਰਕ ਪਰਮਿਟਸ ਬਿਲਕੁਲ ਕਨਵਰਟ ਕਰਵਾ ਸਕਦੇ ਹਾਂ ਬਟ ਜਿਹੜੀ ਮੈਂ ਰਿਕੁਆਇਰਮੈਂਟ ਪਹਿਲਾਂ ਮੈਂਸ਼ਨ ਕੀਤੀ ਹੈ ਕਿ ਤੁਹਾਨੂੰ ਕੈਨੇਡੀਅਨ ਇੰਪਲੋਇਰ ਕੋਲੋਂ ਜੋਬ ਆਫਰ ਹੋਣਾ ਚਾਹੀਦਾ ਆ ਜੇ ਕਿਸੇ ਕੈਨੇਡੀਅਨ ਇੰਪਲੋਇਰ ਨੇ ਜਿਹੜਾ ਆ ਫੋਰਨ ਵਰਕਰ ਜਿੱਦਾਂ ਜੇ ਤੁਸੀਂ ਵੈਸਟਰਨ ਹੋ ਯੂ ਆਰ ਨਾਟ ਅ ਰੈਜ਼ੀਡੈਂਟ ਆਫ ਕੈਨੇਡਾ ਤੁਸੀਂ ਫੋਰਨ ਵਰਕਰ ਹੋ ਤੁਸੀਂ ਫੋਰਨ ਵਰਕਰ ਨੂੰ ਕਿਸੇ ਇੰਪਲੋਇਰ ਨੇ ਹਾਇਰ ਕਰਨਾ ਆ ਉਹਨਾਂ ਨੂੰ LMIA ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਿਹੜੀ ਆ ਕਰਵਾਉਣੀ ਹੁੰਦੀ ਆ ਉਹ ਤੋਂ ਬਾਅਦ 'ਚ ਉਹ ਤੁਹਾਨੂੰ ਜਿਹੜਾ ਆ ਉਹ LMIA ਦੇ ਸਕਦੇ ਆ ਬੇਸਡ ਔਨ ਦੈਟ ਯੂ ਕੈਨ ਅਪਲਾਈ ਫੋਰ ਯੋਰ ਵਰਕ ਪਰਮਿਟ। ਦੇਅਰ ਇਜ਼ ਨੋ ਅਦਰ ਵੇ ਐਬਸੋਲਿਊਟਲੀ ਨੋ ਅਦਰ ਵੇ ਫੋਰ ਯੂ ਟੂ ਗੈਟ ਅ ਵਰਕ ਪਰਮਿਟ ਜਾਂ ਅਗੈਨ ਓਪਨ ਵਰਕ ਪਰਮਿਟ ਤੁਸੀਂ ਲੈ ਸਕਦੇ ਆ ਜੇ ਤੁਹਾਡੇ ਸਪਾਊਸ ਇੱਥੇ ਪੜ੍ਹ ਰਹੇ ਨੇ ਜਾਂ ਉਹਨਾਂ ਕੋਲ ਇੱਥੇ ਸਕਿਲਡ ਵਰਕ ਦੇ ਵਿੱਚ ਜੋਬ ਹੈਗੀ ਹੈ ਕੈਨੇਡਾ 'ਚ ਜੀ। ਚਲੋ ਵਰਕ ਪਰਮਿਟ ਮਿਲ ਗਿਆ ਵਿਦਿਆਰਥੀ ਜਿਹੜੇ ਉਹਨਾਂ ਨੂੰ ਵੀ ਬਹੁਤ ਸਾਰੇ ਹੁੰਦੇ ਜਿਹੜੇ ਵਰਕ ਪਰਮਿਟ ਤੇ ਮਿਲ ਜਾਂਦਾ ਪਰ ਉਸ ਤੋਂ ਬਾਅਦ ਅੱਗੇ ਕੀ ਕਰਨਾ ਬਹੁਤਿਆਂ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ। ਬਿਲਕੁਲ ਬਿਲਕੁਲ। ਜੇ ਵਰਕ ਪਰਮਿਟ ਮਿਲ ਗਿਆ ਉਸ ਤੋਂ ਬਾਅਦ ਕੀ? ਉਸ ਤੋਂ ਬਾਅਦ 'ਚ ਹੁਣ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡੇ ਕੋਲ ਪ੍ਰੋਪਰ ਪਲਾਨ ਹੈਗਾ ਆ ਕਿ ਤੁਸੀਂ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਦਾ ਜਿਹੜਾ ਤੁਹਾਡਾ ਗੋਲ ਆ ਹਾਊ ਆਰ ਯੂ ਗੋਇੰਗ ਟੂ ਰੀਚ ਦੈਟ। ਸੋ ਜਿਹੜੇ ਹੁਣ ਸਟੂਡੈਂਟਸ ਇੱਥੇ ਗ੍ਰੇਡ 12 ਕਰਕੇ ਆਉਂਦੇ ਨੇ ਜਿਨ੍ਹਾਂ ਨੇ ਜਿੱਦਾਂ 12ਵੀਂ ਕਰਕੇ ਇੱਥੇ 2 ਸਾਲ ਦਾ ਡਿਪਲੋਮਾ ਕੀਤਾ ਆ ਹੁਣ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਗਿਆ ਆ। ਸੋ ਜੇ ਆਪਾਂ ਤੁਹਾਡੇ ਪੁਆਇੰਟਸ ਜਿਹੜੇ ਕੈਲਕੂਲੇਟ ਕਰਦੇ ਹਾਂ ਜੇ ਤੁਸੀਂ ਫੈਡਰਲ ਕੈਟੇਗਰੀ ਦੇ ਵਿੱਚ ਐਲੀਜੀਬਲ ਹੋਣਾ ਆ ਜਿੱਦਾਂ ਹੁਣ ਜਿਹੜਾ ਲਾਸਟ ਡਰਾ ਗਿਆ ਆ ਦੈਟ ਵਾਸ 447।
ਸੋ ਜੇ ਤੁਹਾਡਾ ਜਿਹੜਾ ਪੁਆਇੰਟ ਸਕੋਰ ਜੀ 447 ਤੋਂ ਘੱਟ ਆ ਤਾਂ ਤੁਹਾਨੂੰ ਜਿਹੜਾ ਇਨਵੀਟੇਸ਼ਨ ਨਹੀਂ ਆਉਣਾ ਅਪਲਾਈ ਕਰਨ ਦਾ ਪਰਮਨੈਂਟ ਰੈਜ਼ੀਡੈਂਸੀ ਇਹ ਜਿਹੜੀ ਕੈਟੇਗਰੀ ਆ ਇਹ ਬਹੁਤ ਓਬਜੈਕਟਿਵ ਆ ਲਾਈਕ ਇਟਸ ਨਾਟ ਸਬਜੈਕਟਿਵ ਕਿ ਕਿਸੇ ਦੇ ਡਿਸੀਜਨ 'ਤੇ ਨਹੀਂ ਬੇਸਡ ਹੈਗੀ ਜੇ ਤੁਹਾਡਾ ਪੁਆਇੰਟ ਕੱਟ ਆਫ ਰੀਚ ਹੋ ਰਹੀ ਆ ਯੈਸ ਯੂ ਆਰ ਐਲੀਜੀਬਲ ਜੇ ਨਹੀਂ ਹੋ ਰਹੀ ਦੈਨ ਯੂ ਵਿਲ ਨਾਟ ਗੈਟ ਦੀ ਇਨਵੀਟੇਸ਼ਨ ਟੂ ਅਪਲਾਈ ਹੈਨਾ ਸੋ ਆਪਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਪਤਾ ਹੁੰਦਾ ਕਿ ਆਪਣੇ ਸਕਸੈਸਫੁਲ ਹੋਣਾ ਕਿ ਨਹੀਂ ਹੋਣਾ ਨਾ ਹੁਣ ਜਿਹੜੇ ਅਗੇਨ ਗ੍ਰੇਟ ਵੈਲ ਕਰਕੇ ਆਪਣੇ ਕੋਲ ਸਟੂਡੈਂਟਸ ਆਉਂਦੇ ਨੇ ਉਹ 'ਚ ਥੋੜ੍ਹੀ ਜਿਹੀ ਪ੍ਰੋਬਲਮ ਇਹ ਆਉਂਦੀ ਹੈ ਕਿ ਉਹ ਇੰਨਾ ਹਾਈ ਜਿਹੜਾ ਪੁਆਇੰਟ ਸਕੋਰ ਨਹੀਂ ਉਹਨਾਂ ਤੋਂ ਰੀਚ ਹੁੰਦਾ ਬਿਕੋਜ਼ ਐਜੂਕੇਸ਼ਨ 'ਚ ਆਪਾਂ ਨੂੰ ਇੰਨੇ ਪੁਆਇੰਟਸ ਨਹੀਂ ਮਿਲਦੇ ਐਂਡ ਦੈਨ ਉਹਦੇ ਨਾਲ ਨਾਲ ਉਹਨਾਂ ਕੋਲ ਇੱਕ ਸਾਲ ਦਾ ਹੀ ਵਰਕ ਐਕਸਪੀਰੀਅੰਸ ਹੁੰਦਾ ਬੈਕ ਹੋਮ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਤੋਂ ਆ ਰਹੇ ਨੇ ਉਹਨਾਂ ਕੋਲ ਨਹੀਂ ਵਰਕ ਐਕਸਪੀਰੀਅੰਸ ਹੁੰਦਾ ਇੰਨਾ ਹੈ ਨਾ ਸੋ ਤੁਹਾਡੀ ਸਿਚੁਏਸ਼ਨ ਦੇ ਵਿੱਚ ਕਿ ਕਿਹੜੇ ਬੈਸਟ ਤਰੀਕੇ ਦੇ ਨਾਲ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਜਿਹੜੀ ਲੈ ਸਕਦੇ ਆ ਸੋ ਇਹਦੇ 'ਚ ਹੁਣ ਆਪਾਂ ਵੀ ਵਿਲ ਡਿਸਕਸ ਫਿਊ ਜਿਹੜੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮਸ ਨੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਕੀ ਹੁੰਦਾ ਆ ਕਿ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਇੱਥੇ ਰਹਿ ਰਹੇ ਹੋ ਜੇ ਜਿਹੜੀ ਪ੍ਰੋਵਿੰਸ ਤੁਹਾਨੂੰ ਸਪੋਰਟ ਕਰ ਰਹੀ ਆ ਤੁਹਾਨੂੰ ਨੋਮੀਨੇਟ ਕਰ ਰਹੀ ਆ ਤੁਹਾਨੂੰ 600 ਐਡੀਸ਼ਨਲ ਪੁਆਇੰਟ ਮਿਲ ਜਾਂਦੇ ਨੇ ਜੀ ਉਹ ਜਿਹੜੇ 600 ਐਡੀਸ਼ਨਲ ਪੁਆਇੰਟ ਨੇ ਜਦੋਂ ਤੁਸੀਂ ਫੈਡਰਲ ਦੇ ਵਿੱਚ ਤੁਹਾਡੇ ਅਪਡੇਟ ਹੁੰਦੇ ਨੇ ਤੁਹਾਡੇ ਆਪਣੇ ਚਾਹੇ 350 ਪੁਆਇੰਟ ਬਣ ਰਹੇ ਨੇ ਯੂ ਵਿਲ ਬੀ ਅਬਵ 900 ਸੋ ਪੁਆਇੰਟ ਕੱਟ ਆਫ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ 447 ਦਾ ਆ ਤੁਸੀਂ ਯੂ ਆਰ ਐਟ 900 ਸੋ ਡੈਫੀਨੇਟਲੀ ਆਪਾਂ ਨੂੰ 100% ਪਤਾ ਹੈ ਕਿ ਤੁਹਾਡੀ ਜਿਹੜੀ ਸਿਲੈਕਸ਼ਨ ਹੋਣੀ ਆ ਪਰਮਨੈਂਟ ਰੈਜ਼ੀਡੈਂਸੀ ਦੇ ਲਈ ਇਹ ਕਮਲ ਜੀ ਅੰਟੇਰੀਓ ਬਾਰੇ ਅਸੀਂ ਗੱਲ ਕਰਾਂਗੇ ਪਰ ਮੈਨੂੰ ਰੋਕਣਾ ਪੈਣਾ ਤੁਹਾਨੂੰ ਕਿਉਂਕਿ ਵਕਤ ਜਿਹੜਾ ਉਹ ਬ੍ਰੇਕ ਦਾ ਹੋ ਗਿਆ ਗੱਲਬਾਤ ਆਪਣੀ ਇਸੇ ਤਰ੍ਹਾਂ ਕਮਲ ਹੋਣਾ ਦੇ ਨਾਲ ਜਾਰੀ ਰਹੇਗੀ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਪ੍ਰਾਈਮ ਟਾਕ ਦੇ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਗੱਲਬਾਤ ਹੋ ਰਹੀ ਹੈ ਮਾਨ ਇਮੀਗ੍ਰੇਸ਼ਨ ਤੋਂ ਕਮਲ ਮਾਨ ਉਹਨਾਂ ਦੇ ਨਾਲ ਕਮਲ ਜੀ ਆਪਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਪ੍ਰੋਵਿੰਸ਼ੀਅਲ ਜਿਹੜਾ ਨੋਮੀਨੀ ਪ੍ਰੋਗਰਾਮ ਦੀ ਅਤੇ ਤੁਸੀਂ ਅੰਟੈਰੀਓ ਬਾਰੇ ਗੱਲ ਕਰ ਰਹੇ ਸੀ ਅੰਟੈਰੀਓ ਬਾਰੇ ਵੀ ਦੱਸੋ ਅਤੇ ਸਾਨੂੰ ਬਾਕੀ ਜਿਹੜੇ ਪ੍ਰੋਵਿੰਸ ਨੇ ਉਹਨਾਂ ਬਾਰੇ ਵੀ ਦੱਸੋ ਜੋ ਉਹਦੇ ਵਾਸਤੇ PNP ਲਗਾਉਣੀ ਹੈ ਖਾਸ ਕਰਕੇ ਸਟੂਡੈਂਟਸ ਲਗਾਉਂਦੇ ਆ ਉਹ ਕਿਵੇਂ ਲਗਾਏ ਜਾ ਸਕਦੇ ਬਿਲਕੁਲ ਸੋ ਆਪਾਂ ਬਰੀਫਲੀ ਜਿਹੜੀਆਂ ਆ ਸਾਰੀਆਂ ਜਿਹੜੇ PNP ਪ੍ਰੋਗਰਾਮਸ ਨੇ ਜਿਹੜੀਆਂ ਮੇਨ ਪ੍ਰੋਵਿੰਸਿਸ ਜਿਹਨਾਂ ਦੇ ਵਧੀਆ ਪ੍ਰੋਗਰਾਮਸ ਨੇ ਜਿਨ੍ਹਾਂ 'ਚ ਈਜ਼ੀ ਆ ਤੁਹਾਨੂੰ ਜਿਹੜੀ ਆਪਣੀ ਨੋਮੀਨੇਸ਼ਨ ਲੈਣੀ ਪ੍ਰੋਵਿੰਸ ਵੱਲੋਂ ਉਹ ਸਾਰੇ ਹੀ ਆਪਾਂ ਡਿਸਕਸ ਕਰਦੇ ਹਾਂ ਸੋ ਸਟਾਰਟਿੰਗ ਫਰੋਮ ਅੰਟੈਰੀਓ ਅੰਟੈਰੀਓ ਦੇ ਵਿੱਚ ਇੰਪਲੋਇਰ ਜੋਬ ਆਫਰ ਸਟ੍ਰੀਮ ਜਿਹੜੀ ਕੈਟੇਗਰੀ ਹੈਗੀ ਆ ਉਹਦੇ 'ਚ ਜੇ ਤੁਹਾਡਾ ਇੰਪਲੋਇਰ ਵਿਦਿਨ GTA ਲੋਕੇਟਡ ਆ ਉਹਦੇ ਕੋਲ 5 ਫੁੱਲ ਟਾਈਮ ਇੰਪਲੋਈਜ਼ ਹੋਣੇ ਚਾਹੀਦੇ ਨੇ ਜਿਹੜੇ ਪਰਮਨੈਂਟ ਰੈਜ਼ੀਡੈਂਟ ਜਾਂ ਕੈਨੇਡੀਅਨ ਸਿਟੀਜ਼ਨਸ ਨੇ ਐਂਡ ਉਹਦੇ ਨਾਲ ਨਾਲ ਜਿਹੜਾ ਇੰਪਲੋਇਰ ਆ ਉਹਦਾ 1 ਮਿਲੀਅਨ ਦਾ ਟਰਨਓਵਰ ਹੋਣਾ ਚਾਹੀਦਾ ਆ ਇੱਕ ਸਾਲ ਦਾ ਜੀ ਸੋ ਤੁਹਾਡਾ ਇੰਪਲੋਇਰ ਇਹ ਰਿਕੁਆਇਰਮੈਂਟਸ ਮੀਟ ਕਰ ਰਿਹਾ ਹੈ ਜਦੋਂ ਤੁਸੀਂ ਆਪਣੀ PNP ਦੀ ਫਾਈਲ ਲਾਉਣੀ ਹੈ ਦੈਨ ਇੰਪਲੋਇਰ ਵੱਲੋਂ ਡਾਕੂਮੈਂਟੇਸ਼ਨ ਲੱਗਦੀ ਆ ਟੂ ਪ੍ਰੂਵ ਦਾ ਸੇਮ ਥਿੰਗ ਕਿ ਹਾਂਜੀ ਜੇ ਤੁਹਾਡੇ ਕੋਲ 5 ਇੰਪਲੋਈਜ਼ ਜਿਹੜੀ ਕੰਡੀਸ਼ਨ ਹੈਗੀ ਹੈ ਗਵਰਨਮੈਂਟ ਦੀ ਤਾਂ ਉਹਦੇ ਲਈ ਆਪਾਂ ਪੇਰੋਲ ਅਕਾਊਂਟਸ ਜਾਂ ਜੋ ਵੀ ਡਿਫਰੈਂਟ ਡਾਕੂਮੈਂਟੇਸ਼ਨ ਇੰਪਲੋਇਰ ਵੱਲੋਂ ਚਾਹੀਦੀ ਹੈ ਉਹ ਲੱਗਦੀ ਹੈ ਨਾਲ ਐਂਡ ਦੈਨ ਉਹਨਾਂ ਦੇ ਜਿੱਦਾਂ CRA ਦੇ ਡਾਕੂਮੈਂਟਸ ਲੱਗਦੇ ਨੇ ਟੈਕਸ ਦੇ ਟੂ ਮੇਕ ਸ਼ੋਰ ਕਿ ਜਿਹੜੀ ਗਵਰਨਮੈਂਟ ਆ ਇਟ ਕੈਨ ਆਈਡੈਂਟੀਫਾਈ ਕਿ ਹਾਂਜੀ ਬਿਲਕੁਲ 1 ਮਿਲੀਅਨ ਦਾ ਜਿਹੜਾ ਰੈਵਨਿਊ ਹੈਗਾ ਆ ਜੇ ਤੁਹਾਡਾ ਇੰਪਲੋਇਰ GTA ਤੋਂ ਬਾਹਰ ਆ ਤਾਂ ਤੁਸੀਂ ਜਿਹੜੀ ਇਹ ਰਿਕੁਆਇਰਮੈਂਟ ਘੱਟ ਜਾਂਦੀ ਹੈ 3 ਇੰਪਲੋਈਜ਼ ਚਾਹੀਦੇ ਨੇ ਜਿਹੜੇ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨਸ ਨੇ ਐਂਡ ਜਿਹੜਾ 500,000 ਦਾ ਆਪਾਂ ਨੂੰ ਐਨੂਅਲ ਰੈਵਨਿਊ ਚਾਹੀਦਾ ਆ ਕੰਪਨੀ ਦਾ ਸੋ ਹੁਣ ਥੋੜ੍ਹਾ ਜਿਹਾ ਹਾਰਡ ਹੋ ਜਾਂਦਾ ਜਿਹੜੀ ਓਨਟੇਰੀਓ ਦੀ PNP ਦੇ ਵਿੱਚ ਅਪਲਾਈ ਕਰਨਾ ਬਿਕੋਜ਼ ਆਫ ਦ ਰਿਸਟ੍ਰਿਕਸ਼ਨਸ ਔਨ ਦ ਇੰਪਲੋਇਰਸ ਹੈ ਨਾ ਸੋ ਹੁਣ ਹੋਰ ਕਿਹੜੀਆਂ PNPs ਹੋ ਸਕਦੀਆਂ ਨੇ ਜਿਹਦੇ 'ਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸਪੈਸੀਫਿਕਲੀ ਜਿਨ੍ਹਾਂ ਨੇ ਗ੍ਰੇਡ 12 ਕਰਕੇ ਇੱਥੇ ਜਿਹੜੇ ਆਪਣੇ ਕੈਨੇਡਾ ਦੇ ਵਿੱਚ ਆਏ ਨੇ ਉਹਨਾਂ ਦੇ ਲਈ ਸਭ ਤੋਂ ਬੈਸਟ ਕੈਟੇਗਰੀਜ਼ ਜਿੱਦਾਂ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਬਹੁਤ ਵਧੀਆ PNP ਪ੍ਰੋਗਰਾਮ ਹੈਗਾ ਆ ਉਹਦੇ 'ਚ ਜੇ ਤੁਹਾਡੇ ਕੋਲ ਨੌਕ C ਜਾਂ D ਦੇ ਵਿੱਚ ਵੀ ਜਿਹੜੀ ਜੋਬ ਹੈਗੀ ਹੈ ਜਿੱਦਾਂ ਕਸਟਮਰ ਸਰਵਿਸ ਦੇ ਰਿਲੇਟਡ ਆ ਜਾਂ ਫੂਡ ਇੰਡਸਟਰੀ ਦੇ ਵਿੱਚ ਕੋਈ ਸਰਵਰ ਦੀ ਆ ਬਾਰਟੈਂਡਰ ਦੀ ਜੋਬ ਆ ਈਵਨ ਟਰੱਕਿੰਗ ਦੇ ਰਿਲੇਟਡ ਦੀਜ਼ ਆਰ ਦੀ ਜਿਹੜੇ ਆਪਣੇ ਜੋਬ ਟਾਈਟਲਸ ਨੇ ਐਲੀਜੀਬਲ ਨੇ PNP ਦੇ ਲਈ ਇਹਨੂੰ ਕਹਿੰਦੇ ਕ੍ਰਿਟੀਕਲ ਵਰਕਰ ਸਟ੍ਰੀਮ ਸੋ ਤੁਸੀਂ ਇਹਦੇ ਵਿੱਚ 6 ਮਹੀਨੇ ਕੰਮ ਕਰਨਾ ਹੈ ਐਂਡ ਦੈਨ ਯੂ ਕੈਨ ਫਾਈਲ ਫੋਰ ਯੂਅਰ PNP ਇਨ PEI ਜੀ ਇਹਦੇ ਨਾਲ ਨਾਲ ਜਿੱਦਾਂ ਹੁਣੇ ਮੈਨੀਟੋਬਾ ਦੇ ਵਿੱਚ ਚੇਂਜ ਆਈ ਹੈ ਪ੍ਰੋਗਰਾਮ ਦੇ ਵਿੱਚ ਇਟਸ ਕਾਲਡ ਕਰੀਅਰ ਪਾਥਵੇ ਸਟ੍ਰੀਮ ਜਿਹੜੀ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਇਹਦੀਆਂ ਰਿਕੁਆਇਰਮੈਂਟਸ ਕੀ ਨੇ ਕਿ ਜੇ ਤੁਹਾਡੇ ਕੋਲ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਇੱਥੇ ਗ੍ਰੈਜੂਏਟ ਕੀਤਾ ਆ ਮਿਨੀਮਮ 1 ਸਾਲ ਦੇ ਕੋਰਸ ਦੇ ਵਿੱਚ ਅਤੇ ਡੈਜ਼ੀਗਨੇਟਡ ਲਰਨਿੰਗ ਇੰਸਟੀਟਿਊਸ਼ਨ ਤੋਂ ਹੋਣਾ ਚਾਹੀਦਾ ਆ ਐਂਡ ਉਹਦੇ ਨਾਲ ਨਾਲ ਤੁਸੀਂ ਜਿਹੜਾ ਆ ਤੁਹਾਡੇ ਕੋਲ ਫੁੱਲ ਟਾਈਮ ਜੋਬ ਆਫਰ ਹੈਗਾ ਮੈਨੀਟੋਬਾ ਦੇ ਵਿੱਚ ਇਨ ਡਿਮਾਂਡ ਓਕੂਪੇਸ਼ਨ ਦੇ ਵਿੱਚ ਆ ਅਤੇ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ ਉਹਦੇ ਨਾਲ ਅਲਾਈਨਮੈਂਟ ਦੇ ਵਿੱਚ ਆ ਤਾਂ ਤੁਸੀਂ ਜਿਹੜਾ ਰਾਈਟ ਵੇ ਮੈਨੀਟੋਬਾ PNP ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਤੁਹਾਨੂੰ ਕੋਈ ਐਸ ਸੱਚ ਵਰਕ ਐਕਸਪੀਰੀਅੰਸ ਦਿਖਾਉਣ ਦੀ ਜ਼ਰੂਰਤ ਨਹੀਂ ਹੈਗੀ ਦੇਰ ਇਜ਼ ਨੋ ਸੈਟ ਅਮਾਊਂਟ ਆਫ ਆਵਰਸ ਜਾਂ ਕੋਈ ਇੱਦਾਂ ਹੈ ਨਹੀਂ ਕਿ ਤੁਸੀਂ ਇੰਨੇ ਆਵਰਸ ਕੰਮ ਕੀਤੇ ਹੋਣ ਉੱਥੇ ਹੈ ਨਾ ਇਹ ਤੋਂ ਬਿਨਾਂ ਜਿੱਦਾਂ ਨਿਊ ਬ੍ਰੰਸਵਿਕ ਦੀ PNP ਓਪਨ ਹੋਈ ਸੀਗੀ November 28 ਨੂੰ ਅਗੇਨ ਵੈਰੀ ਸਿੰਪਲ ਰੂਲਸ ਫੋਰ ਦੈਟ ਤੁਹਾਡੇ ਕੋਲ ਫੁੱਲ ਟਾਈਮ ਜੋਬ ਆਫਰ ਹੋਣਾ ਚਾਹੀਦਾ ਆ ਨੌਕ 0A ਜਾਂ B ਦੇ ਵਿੱਚ ਐਂਡ ਤੁਸੀਂ ਉੱਥੇ ਕੰਮ ਕਰਦੇ ਹੋਵੋ ਪ੍ਰੋਵਿੰਸ ਦੇ ਵਿੱਚ ਐਂਡ ਯੂ ਕੈਨ ਗੋ ਹੈਡ ਐਂਡ ਅਪਲਾਈ ਫੋਰ ਯੂਅਰ PNP
सिमिलरली बीसी ਦੇ ਵਿੱਚ ਵੀ ਰੂਲਸ ਹੈਗੇ ਆ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਲਈ ਤੁਹਾਨੂੰ ਜਿਹੜਾ ਸਕਿਲਡ ਵਰਕ ਦੇ ਵਿੱਚ ਕੰਮ ਤਾਂ ਜ਼ਰੂਰੀ ਹੈ ਦੈਟਸ ਅ ਬੇਸ ਰੂਲ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਜਿਹੜੀ ਪੀਐਨਪੀ ਲਾਉਣੀ ਆ ਐਕਸੈਪਟ ਪੀਈਆਈ ਜਿੱਦਾਂ ਮੈਂ ਦੱਸਿਆ ਕਿ ਉਹ ਨੌਕਰੀ ਤੇ ਡੀਡੀਆਂ ਜੌਬਸ ਵੀ ਐਕਸੈਪਟ ਕਰਦੇ ਨੇ ਸੋ ਜੇ ਤੁਹਾਡੇ ਕੋਲ ਸਕਿਲਡ ਵਰਕ ਦੇ ਵਿੱਚ ਕੰਮ ਹੈਗਾ ਆ ਤੁਸੀਂ ਉਸ ਪ੍ਰੋਵਿੰਸ ਦੇ ਵਿੱਚ ਫੁੱਲ ਟਾਈਮ ਜੌਬ ਆਫਰ ਹੈਗੀ ਆ ਤੁਸੀਂ ਉਹਨਾਂ ਦੀਆਂ ਪੀਐਨਪੀਸ ਲਾ ਸਕਦੇ ਹੋ ਦੇਰ ਆਰ ਨੋ ਰਿਸਟ੍ਰਿਕਸ਼ਨਸ ਐਸ ਸੱਚ ਔਨ ਦੀ ਇੰਪਲੋਇਰਸ ਕਿ ਜਿੱਦਾਂ ਆਪਣੀ ਪ੍ਰੋਵਿੰਸ ਦੇ ਵਿੱਚ ਹੈਗੀ ਸੋ ਨਾ ਹੁਣ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਤੁਹਾਡੇ ਲਈ ਕਿਹੜੀ ਬੈਸਟ ਪ੍ਰੋਵਿੰਸ ਹੋ ਸਕਦੀ ਹੈ ਤੁਸੀਂ ਓਨਟੇਰੀਓ 'ਚ ਰਹਿ ਕੇ ਪੀ ਜਿਹੜੀ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਦੀ ਫਾਈਲ ਲਾ ਸਕਦੇ ਹਾਂ ਕਿ ਤੁਹਾਨੂੰ ਰੀਲੋਕੇਟ ਕਰਨਾ ਪਏਗਾ ਤੁਸੀਂ ਬਿਲਕੁਲ ਮਾਨ ਇਮੀਗ੍ਰੇਸ਼ਨ ਸਰਵਿਸਿਸ ਨੂੰ ਕਾਲ ਕਰ ਸਕਦੇ ਹਾਂ 416-826-0002 ਇਜ਼ ਦਾ ਕੰਟੈਕਟ ਨੰਬਰ ਐਂਡ ਵਿਲ ਬੀ ਵੈਰੀ ਹੈਪੀ ਟੂ ਲੇ ਆਊਟ ਅ ਪਲਾਨ ਕਿ ਜਿਹੜੀਆਂ ਅਸੀਂ ਕੰਸਲਟੇਸ਼ਨ ਪ੍ਰੋਵਾਈਡ ਕਰਦੇ ਹਾਂ ਉਹਦੇ ਬਾਰੇ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਅਸੀਂ ਵੀ ਡੋਂਟ ਨੋਟ ਓਨਲੀ ਜਸਟ ਆਂਸਰ ਯੋਰ ਕੁਐਸਚਨਸ ਕਿ ਅਸੀਂ ਤੁਹਾਨੂੰ ਪ੍ਰੋਪਰ ਪਲਾਨ ਲੇ ਆਊਟ ਕਰਕੇ ਦਿੰਦੇ ਹਾਂ ਕਿ ਹਾਂਜੀ ਤੁਹਾਡਾ ਜਿਹੜਾ ਪਲਾਨ ਇਹ ਆ ਜੀ ਇਹ ਹੋਣਾ ਚਾਹੀਦਾ ਆ ਦਿਸ ਇਜ਼ ਦਾ ਜੋਬ ਫੀਲਡ ਜੇ ਤੁਹਾਨੂੰ ਆਪਣੀ ਜੋਬ ਲੱਭਣੀ ਚਾਹੀਦੀ ਆ ਇੰਨੇ ਚਿਰ ਦੇ ਵਿੱਚ ਤੁਸੀਂ ਐਲੀਜੀਬਲ ਹੋ ਜਾਓਗੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਦੀ ਫਾਈਲ ਲਾਉਣ ਦੇ ਲਈ ਐਂਡ ਲੈਟਸ ਸੇ ਕਿ ਜੇ ਤੁਹਾਡਾ ਪਲਾਨ ਏ ਨਹੀਂ ਕੰਮ ਕਰ ਰਿਹਾ ਦੈਨ ਵੀ ਆਊਟਲਾਈਨ ਅ ਪਲਾਨ ਬੀ ਫੋਰ ਯੂ ਸੋ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਅਸੀਂ ਪ੍ਰੋਪਰ ਅੱਗੇ ਦਾ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਦਾ ਜਿਹੜਾ ਪਾਥ ਹੈ ਉਹ ਤੁਹਾਨੂੰ ਪ੍ਰੋਪਰ ਬਣਾ ਕੇ ਦਿੰਦੇ ਹਾਂ ਕਿ ਤੁਹਾਨੂੰ ਈਜ਼ੀ ਹੋਵੇ ਜਿਹੜਾ ਆਪਣਾ ਅਲਟੀਮੇਟ ਗੋਲ ਰੀਚ ਕਰਨਾ ਅੱਛਾ ਜੀ ਹੁਣ ਬਹੁਤ ਸਾਰੇ ਜਦੋਂ ਤੁਸੀਂ ਪੀਐਨਪੀ ਦੀ ਗੱਲ ਕਰਦੇ ਹੋ ਤਾਂ ਭਾਰਤ ਵਿੱਚ ਜਿਹੜੇ ਬੈਠੇ ਆਪਣੇ ਦਰਸ਼ਕ ਨੇ ਸਾਰੇ ਉਹ ਜਦੋਂ ਦੇਖਦੇ ਆ ਪ੍ਰੋਗਰਾਮਾਂ ਨੂੰ ਤਾਂ ਉਹਨਾਂ ਦਾ ਹੁੰਦਾ ਕਿ ਇੱਥੋਂ ਬੈਠਿਆਂ ਮੈਂ ਕੀ ਕਰ ਸਕਦਾ ਕਿ ਭਾਰਤ ਵਿੱਚ ਬੈਠਿਆ ਕੋਈ ਵਿਅਕਤੀ ਪੀਐਨਪੀ ਵਾਸਤੇ ਐਲੀਜੀਬਲ ਹੋ ਸਕਦਾ ਅਪਲਾਈ ਕਰ ਸਕਦਾ ਹਾਂਜੀ ਬਿਲਕੁਲ ਆਪਣੇ ਇੰਡੀਆ ਦੇ ਵਿੱਚ ਥੋੜ੍ਹੀਆਂ ਜਿਹੀਆਂ ਜਿੱਦਾਂ ਉੱਥੇ ਇੰਨੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈਗੀ ਲੋਕਾਂ ਨੂੰ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਦੇ ਬਾਰੇ ਸੋ ਜੇ ਤੁਸੀਂ ਆਊਟਸਾਈਡ ਕੈਨੇਡਾ ਹੋ ਐਂਡ ਤੁਸੀਂ ਪੀਐਨਪੀ ਦੇ ਵਿੱਚ ਆਪਣੀ ਜਿਹੜੀ ਫਾਈਲ ਲਾਉਣਾ ਚਾਹੁੰਦੇ ਹੋ ਥੋੜ੍ਹੀਆਂ ਜਿਹੀਆਂ ਪ੍ਰੋਵਿੰਸਿਸ ਆ ਜਿਹਦੇ ਵਿੱਚ ਤੁਸੀਂ ਲਾ ਸਕਦੇ ਹੋ ਨੋਟ ਐਵਰੀ ਪ੍ਰੋਵਿੰਸ ਐਕਸੈਪਟ ਸੋ ਜਿੱਦਾਂ ਫੋਰ ਐਗਜ਼ਾਮਪਲ ਬੀਸੀ ਦੀ ਗੱਲ ਕਰੀਏ ਆਪਾਂ ਤਾਂ ਉਹਨਾਂ ਨੂੰ ਬੀਸੀ ਦੇ ਇੰਪਲੋਇਰ ਤੋਂ ਜੋਬ ਆਫਰ ਹੋਣੀ ਚਾਹੀਦੀ ਹੈ ਤਾਂ ਤੁਸੀਂ ਪੀਐਨਪੀ ਦੇ ਵਿੱਚ ਫਾਈਲ ਲਾ ਸਕਦੇ ਹਾਂ ਸੋ ਕਿਹੜੀਆਂ ਕਿਹੜੀਆਂ ਪ੍ਰੋਵਿੰਸਿਸ ਦੇ ਵਿੱਚ ਤੁਸੀਂ ਲਾ ਸਕਦੇ ਹਾਂ ਨੋਵਾ ਸਕੋਸ਼ੀਆ ਹੈਗੀ ਆ ਨਿਊ ਬ੍ਰਾਂਸਵਿਕ ਹੈਗੀ ਆ ਇਹਨਾਂ ਦੇ ਵਿੱਚ ਕੀ ਹੈ ਕਿ ਜੇ ਤੁਹਾਡੇ ਕੋਲ ਇੱਕ ਸਾਲ ਦਾ ਸਕਿਲਡ ਵਰਕ ਦੇ ਵਿੱਚ ਐਕਸਪੀਰੀਅੰਸ ਹੈਗਾ ਆ ਤੁਸੀਂ ਪੀਐਨਪੀ ਦੇ ਵਿੱਚ ਜਿਹੜੀ ਆਪਣੀ ਫਾਈਲ ਲਗਾ ਸਕਦੇ ਹਾਂ ਪਰ ਇਹ ਜਿਹੜੀਆਂ ਪੀਐਨਪੀਸ ਆ ਦੇ ਆਰ ਨੋਟ ਓਪਨ ਆਲਵੇਜ਼ ਜੀ ਕਿਉਂਕਿ ਇਹਨਾਂ 'ਚ ਕੋਈ ਜੋਬ ਆਫਰ ਨਹੀਂ ਚਾਹੀਦਾ ਉੱਥੋਂ ਦੇ ਇੰਪਲੋਇਰ ਵੱਲੋਂ ਤੁਸੀਂ ਸਿੱਧਾ ਅਪਲਾਈ ਕਰ ਸਕਦੇ ਹਾਂ ਦੇ ਆਰ ਵੈਰੀ ਪਾਪੂਲਰ ਸੋ ਉਹ ਥੋੜ੍ਹੇ ਜਿਹੇ ਟਾਈਮ ਲਈ ਓਪਨ ਰਹਿੰਦੀਆਂ ਆ ਮੋਸਟਲੀ ਜਿਨ੍ਹਾਂ ਨੇ ਐਪਲੀਕੇਸ਼ਨਸ ਲਾਉਣੀਆਂ ਹੁੰਦੀਆਂ ਦੇ ਆਰ ਰੈਡੀ ਵਿਦ ਦੇਅਰ ਐਪਲੀਕੇਸ਼ਨ ਐਂਡ ਐਸ ਸੂਨ ਐਸ ਦਾ ਪ੍ਰੋਗਰਾਮ ਓਪਨਸ ਦੇ ਸਬਮਿਟ ਦਾ ਫਾਈਲ ਐਂਡ ਦੈਨ ਜਿੱਦਾਂ ਜਿਹੜੀ ਨੋਵਾ ਸਕੋਸ਼ੀਆ ਦੀ ਪੀਐਨਪੀ ਲਾਸਟ ਟਾਈਮ ਜਦੋਂ ਓਪਨ ਹੋਈ ਸੀ ਇਟ ਓਨਲੀ ਕੈਪਟ ਓਪਨ ਫੋਰ ਫਿਊ ਆਵਰਸ ਜੀ ਬਿਕੋਜ਼ ਜਿੰਨੀ ਉਹਨਾਂ ਨੇ ਐਪਲੀਕੇਸ਼ਨਸ ਲੈਣੀਆਂ ਸੀਗੀਆਂ ਦੇ ਰੀਚ ਦੀ ਇਨਟੇਕ ਐਂਡ ਦੈਨ ਦੇ ਕਲੋਜ਼ ਦਾ ਪ੍ਰੋਗਰਾਮ ਅੱਛਾ ਜੀ ਯੈਸ ਜੀ ਹੁਣ ਇਸ ਤੋਂ ਇਲਾਵਾ ਹੋਰ ਜਿਵੇਂ ਨੈਨੀ ਪ੍ਰੋਗਰਾਮ ਚੱਲਦਾ ਉਹਦੇ ਬਾਰੇ ਬਹੁਤ ਸਾਰੇ ਸਵਾਲ ਸਾਨੂੰ ਆਉਂਦੇ ਆ ਲੋਕੀ ਪੁੱਛਣਾ ਚਾਹੁੰਦੇ ਆ ਉਹਦੇ ਵਾਸਤੇ ਕੌਣ ਕੌਣ ਐਲੀਜੀਬਲ ਹੁੰਦਾ ਉਹਨਾਂ ਨੂੰ ਕਿੱਦਾਂ ਸੱਦਿਆ ਜਾ ਸਕਦਾ ਕਿਵੇਂ ਬੁਲਾਇਆ ਜਾ ਸਕਦਾ ਬਿਲਕੁਲ ਸੋ ਇਹ ਤੋਂ ਜਿੱਦਾਂ ਐਕਸਪਲੇਨ ਕਰਨ ਤੋਂ ਪਹਿਲਾਂ ਆਈ ਵੁੱਡ ਡੈਫੀਨਿਟਲੀ ਲਾਈਕ ਟੂ ਹਾਈਲਾਈਟ ਦਿਸ ਥਿੰਗ ਦੈਟ ਵਿਦ ਆਰ ਫਰਮ ਵਿਦ ਮਾਨ ਇਮੀਗ੍ਰੇਸ਼ਨ ਸਰਵਿਸਿਜ਼ ਵੀ ਆਫਰ ਟ੍ਰਮੈਂਡਸਲੀ ਗੁੱਡ ਜਿਹੜੇ ਸਕਸੈਸ ਰਿਜ਼ਲਟਸ ਨੇ ਸੋ ਜੇ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਸੀਂ ਕਿਸੇ ਨੂੰ ਵੀ ਐਜ਼ ਅ ਨੈਨੀ ਹਾਇਰ ਕਰਨਾ ਚਾਹੁੰਦੇ ਹੋ ਇੱਥੇ ਬੁਲਾਉਣਾ ਚਾਹੁੰਦੇ ਹੋ ਰਿਕੁਆਇਰਮੈਂਟਸ ਉਹਦੀਆਂ ਕੀ ਨੇ ਤੁਸੀਂ ਇੰਪਲੋਇਰ ਜਿਹੜੇ ਇਸ ਟਾਈਮ ਕੈਨੇਡਾ ਦੇ ਵਿੱਚੋਂ ਤੁਹਾਡੇ ਵੱਲੋਂ ਆਪਾਂ ਨੂੰ ਜਿਹੜੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਅਗੈਨ ਆਪਾਂ LMIE ਅਪਰੂਵ ਕਰਵਾਉਣੀ ਹੈ ਇਹ ਜਿਹੜਾ ਬੇਸ ਰੂਲ ਆ ਇਹ ਹਰ ਇੱਕ ਜੋਬ ਤੇ ਅਪਲਾਈ ਕਰਦਾ ਕਿਸੇ ਵੀ ਇੰਪਲੋਇਰ ਨੇ ਵੈਦਰ ਕਿ ਉਹ ਬਹੁਤ ਵੱਡੀ ਕੰਪਨੀ ਆ ਜਾਂ ਤੁਸੀਂ ਸਿਰਫ ਆਪਣੇ ਘਰ ਦੇ ਵਿੱਚ ਕਿਸੇ ਨੂੰ ਨੈਨੀ ਬੁਲਾਉਣਾ ਆ ਤੁਹਾਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਿਹੜੀ ਐਪਲੀਕੇਸ਼ਨ ਅਪਰੂਵ ਕਰਵਾਉਣੀ ਹੁੰਦੀ ਆ ਸੋ ਯੂ ਗੈਟ ਦੈਟ ਹੁਣ LMIE ਅਪਰੂਵ ਕਰਵਾਉਣ ਦੇ ਲਈ ਆਪਾਂ ਨੂੰ ਤੁਹਾਡੇ ਨੋਟਿਸ ਆਫ ਅਸੈਸਮੈਂਟਸ ਚਾਹੀਦੇ ਹੁੰਦੇ ਆ ਦੇਰ ਇਜ਼ ਅ ਸੈਟ ਅਮਾਉਂਟ ਆਫ ਇਨਕਮ ਜਿਹੜੀ ਤੁਸੀਂ ਮੀਟ ਕੀਤੀ ਹੋਵੇ ਬੇਸਡ ਔਨ ਦਾ ਨੰਬਰ ਆਫ ਮੈਂਬਰਸ ਇਨ ਯੋਰ ਫੈਮਿਲੀ ਸੋ ਆਪਣਾ LMIE ਜਦੋਂ ਹੋ ਜਾਂਦਾ ਆ ਤਾਂ ਜਿਹੜਾ ਤੁਹਾਡਾ ਜਿੱਦਾਂ ਜਿਹਨੂੰ ਤੁਸੀਂ ਹਾਇਰ ਕਰਨਾ ਇਫ ਯੂ ਆਲਰੇਡੀ ਹੈਵ ਸਮਬਡੀ ਇਨ ਮਾਈਂਡ ਤਾਂ ਉਹਨਾਂ ਦਾ ਆਪਾਂ ਵਰਕ ਪਰਮਿਟ ਦੀ ਐਪਲੀਕੇਸ਼ਨ ਲਾਉਣੀ ਹੁੰਦੀ ਆ ਵਰਕ ਪਰਮਿਟ ਵਿਲ ਬੀ ਵੈਲਿਡ ਫੋਰ 2 ਈਅਰਸ ਐਂਡ ਦੈਨ ਉਹ ਇੱਥੇ ਆ ਕੇ ਆਪਣਾ 2 ਸਾਲ ਕੰਮ ਕਰਦੇ ਨੇ ਐਂਡ ਦੈਨ ਦੇ ਕੈਨ ਫਾਈਲ ਫੋਰ ਪਰਮਾਨੈਂਟ ਰੈਜ਼ੀਡੈਂਸੀ ਠੀਕ ਹੈ ਜੀ ਬਹੁਤ ਸਾਰੇ ਇੱਥੇ ਸਟੂਡੈਂਟਸ ਆਉਂਦੇ ਆ ਜਾਂ ਕਈ ਵਾਰ ਜਿਹੜੇ ਇੱਥੇ ਵਰਕ ਪਰਮਿਟ ਦੇ ਹੁੰਦੇ ਆ ਉਹ ਚਾਹੁੰਦੇ ਆ ਕਿ ਸਾਡੇ ਪੇਰੈਂਟਸ ਵੀ ਸਾਡੇ ਕੋਲ ਆ ਜਾਣ ਇੱਥੇ ਕੈਨੇਡਾ ਦੇ ਵਿੱਚ ਆ ਜਾਣ ਕੀ ਉਹ ਐਲੀਜੀਬਲ ਹੁੰਦੇ ਆ ਆਪਣੇ ਪੇਰੈਂਟਸ ਨੂੰ ਇੱਥੇ ਬੁਲਾਉਣ ਵਿੱਚ ਜਾਂ ਨਹੀਂ ਬਿਲਕੁਲ ਜੇ ਤੁਸੀਂ ਇਸ ਟਾਈਮ ਸਟੂਡੈਂਟ ਹੋ ਇੱਕ ਇਹ ਬੜੀ ਮਿਸਕਨਸੈਪਸ਼ਨ ਚੱਲ ਰਹੀ ਹੈ ਕਿ ਸਟੂਡੈਂਟਸ ਨੂੰ ਹੁੰਦਾ ਹੈ ਕਿ ਜੇ ਮੇਰੀ ਕਨਵੋਕੇਸ਼ਨ ਸੈਰੇਮਨੀ ਹੈ ਮੈਂ ਤਾਂ ਹੀ ਆਪਣੇ ਪੇਰੈਂਟਸ ਨੂੰ ਬੁਲਾ ਸਕਦਾ ਹਾਂਜੀ ਬਿਲਕੁਲ ਸੋ ਨੋ ਯੂ ਕੈਨ ਕਾਲ ਯੂਰ ਪੇਰੈਂਟਸ ਐਨੀ ਟਾਈਮ ਐਂਡ ਵਿਦ ਅਸ ਵੀ ਆਫਰ ਅਗੇਨ 100% ਸਕਸੈਸ ਰਿਜ਼ਲਟਸ ਵਿਦ ਦਾ ਪੇਰੈਂਟਸ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਚਾਹੇ ਵਿਜ਼ਿਟਰ ਚਾਹੇ ਸੁਪਰ ਵੀਜ਼ਾ ਐਪਲੀਕੇਸ਼ਨ ਜਿਹੜੇ ਸਟੂਡੈਂਟਸ ਜਿਹੜੇ ਇੱਥੇ ਸਟੱਡੀ ਪਰਮਿਟ ਦੇ ਨੇ ਜਾਂ ਵਰਕ ਪਰਮਿਟ ਨੇ ਉਹ ਸੁਪਰ ਵੀਜ਼ਾ ਨਹੀਂ ਲਗਾ ਸਕਦੇ ਬਿਕੋਜ਼ ਉਹਦੇ ਲਈ ਤੁਹਾਨੂੰ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋਣਾ ਪੈਂਦਾ ਆ ਬਟ ਯੂ ਕੈਨ ਐਬਸੋਲੂਟਲੀ
but you should have enough to support yourself for the stay in Canada. Because if you are a student, then obviously you can't support financially. Nahi support kar sakde, hai na? So, if you have documentation, kedi loan hundi hai, main briefly ho, explain kar deni, jitna bank statements hon apne kole, minimum pichle 4 mahine diyan ta apnu chahidi hai, if you can produce 6 months, that is a good thing. Jee. And ode naal naal hon jada, je thode parents specifically hon jada apna client base Punjab de vich hai, unna ko mostly sari kheti badi kar de hai, zameen hundi hai. So, tusi CA report aapa la sakde hai, jide thode jari zameen di, kar di, koi hor property hai gi hai, ode evaluation lag jandi hai. And ode naal naal jade thode parents de J forms vagera lag jande ne. And koi hor bhi investments ne, koi FDs a, koi life insurance a, kuch bhi itna di jari documentation hai gi hai, inu properly jado aapa compile karke loane a. Jee. Ta it not only apanu financially support kar diya, we are all also able to establish the ties. Ke jari thode parents diya ties ki ne back home, o kyun wapas mod ke jange, because that's a very important thing jari aapa explain karni hundi apni application. Jee. Hun bahut sare log a jehe vi hunde a, jehde jinna da koi itthe na koi rishtedar hunda, na dost hunda, par o ek vari Canada auna chahunde a, vi chalo aake dekh liye je assi settle ho sakde ho. ਹੋ ਜਾਣਗੇ ਨਹੀਂ ਤੇ ਵਾਪਸ ਮੁੜ ਜਾਣਗੇ ਤੇ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਸਪਾਂਸਰਸ਼ਿਪ ਆਵੇਗਾ ਕੋਈ ਜੇ ਸਪਾਂਸਰਸ਼ਿਪ ਹੀ ਜ਼ਰੂਰੀ ਹੈ ਕੈਨੇਡਾ ਵਿਜ਼ਿਟ ਕਰਨ ਵਾਸਤੇ ਜਾਂ ਹੋਰ ਵੀ ਤਰੀਕੇ ਹੈਗੇ ਸਪਾਂਸਰਸ਼ਿਪ ਦਾ ਇਦਾਂ ਹੈ ਕਿ ਜੇ ਤੁਹਾਡੇ ਕੋਈ ਫਰੈਂਡਸ ਜਾਂ ਰਿਲੇਟਿਵ ਕੈਨੇਡਾ 'ਚ ਹੈਗੇ ਨੇ ਉਹ ਤੁਹਾਨੂੰ ਇੱਕ ਐਫੀਡੇਵਿਟ ਹੁੰਦਾ ਹੈ ਬੇਸਿਕਲੀ ਸਪਾਂਸਰਸ਼ਿਪ ਦਾ ਉਹਦੇ ਵਿੱਚੋਂ ਕਹਿੰਦੇ ਕਿ ਹਾਂਜੀ ਅਸੀਂ ਮੇਕ ਸ਼ੋਰ ਕਰਾਂਗੇ ਕਿ ਜੀ ਇਹ ਵਾਪਸ ਮੁੜ ਕੇ ਜਾਣਗੇ ਐਂਡ ਦੇ ਵੋਂਟ ਬੀ ਐਨੀ ਬਰਡਨ ਔਨ ਦਾ ਗਵਰਨਮੈਂਟ ਆਫ ਕੈਨੇਡਾ ਇਟਸ ਅ ਗੁੱਡ ਥਿੰਗ ਕਿ ਆਪਾਂ ਨੂੰ ਬਿਲਕੁਲ ਹੈਲਪ ਹੁੰਦੀ ਹੈ ਐਪਲੀਕੇਸ਼ਨ ਦੇ ਵਿੱਚ ਬਟ ਇਹਦੇ ਨਾਲ ਨਾਲ ਇਹ ਨਹੀਂ ਹੈਗਾ ਕਿ ਜੇ ਤੁਹਾਡਾ ਕੋਈ ਕੈਨੇਡਾ 'ਚ ਨਹੀਂ ਹੈਗਾ ਤਾਂ ਤੁਸੀਂ ਐਜ਼ ਅ ਟੂਰਿਸਟ ਇੱਥੇ ਨਹੀਂ ਆ ਸਕਦੇ ਯੂ ਕੈਨ ਐਬਸੋਲੂਟਲੀ ਕਮ ਐਜ਼ ਅ ਟੂਰਿਸਟ ਹੇਅਰ ਇਨ ਕੈਨੇਡਾ ਪਰ ਹੁਣ ਉਹਨਾਂ ਐਪਲੀਕੇਸ਼ਨਸ ਨੂੰ ਅਪਰੂਵ ਕਰਵਾਉਣ ਦੇ ਲਈ ਆਪਣੇ ਤੇ ਹੋਰ ਵੀ ਜ਼ਰੂਰੀ ਹੋ ਜਾਂਦਾ ਕਿ ਆਪਾਂ ਫਾਈਨੈਂਸ਼ੀਅਲ ਬੈਕਗ੍ਰਾਉਂਡ ਜਿਹੜਾ ਤੁਹਾਡਾ ਐਸਟੈਬਲਿਸ਼ ਕਰਨਾ ਹੈ ਇਟ ਸ਼ੁੱਡ ਬੀ ਵੈਰੀ ਸਟਰੋਂਗ ਕਿ ਆਪਾਂ ਉਹਨਾਂ ਨੂੰ ਸ਼ੋਅ ਕਰ ਸਕਦੇ ਹੋਈਏ ਕਿ ਹਾਂਜੀ ਤੁਹਾਡੇ ਕੋਲੇ ਬਹੁਤ ਵਧੀਆ ਫੰਡਸ ਹੈਗੇ ਆ ਐਂਡ ਦ ਸੈਕੰਡ ਥਿੰਗ ਅਗੇਨ ਇਸ ਕਿ ਤੁਸੀਂ ਆਪਣੀ ਹੋਮ ਕੰਟਰੀ ਦੇ ਨਾਲ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਹੋ ਕਿ ਕਿਹੜੀਆਂ ਚੀਜ਼ਾਂ ਕਰਕੇ ਤੁਸੀਂ ਵਾਪਸ ਮੁੜ ਕੇ ਜਾਓਗੇ ਜੀ ਸੋ ਐਸ ਲੌਂਗ ਐਸ ਆਪਾਂ ਇਹ ਸਾਰਾ ਜਿਹੜਾ ਉਹਨਾਂ ਨੂੰ ਪ੍ਰੋਸੈਸ ਐਕਸਪਲੇਨ ਕਰ ਦਿੰਦੇ ਆ ਇਮੀਗ੍ਰੇਸ਼ਨ ਨੂੰ ਇਟਸ ਵੈਰੀ ਈਜ਼ੀ ਟੂ ਗੈਟ ਅਪਰੂਵਲ ਫॉर ਯੂ ਬਿਲਕੁਲ ਹੁਣ ਇੱਕ ਵਾਰੀ ਜਰਾ ਆਪਣਾ ਫੋਨ ਨੰਬਰ ਤੇ ਆਪਣੇ ਆਫਿਸ ਐਡਰੈਸ ਜਿਹੜੇ ਆ ਉਹ ਜ਼ਰੂਰ ਸਾਂਝੇ ਕਰ ਦਿਓ ਸਾਡੇ ਬਿਲਕੁਲ ਜੀ ਸੋ ਸਾਡਾ ਫੋਨ ਨੰਬਰ ਹੈਗਾ ਆ 416-826-0002 ਈਮੇਲ ਐਡਰੈਸ ਅਗੇਨ ਆਈ ਵੁੱਡ ਹੈਵ ਟੂ ਹਾਈਲਾਈਟ ਹੇਅਰ info@manimmigration.com ਆਫਿਸ ਜੀ ਸਾਡਾ ਬ੍ਰੈਂਪਟਨ ਦੇ ਵਿੱਚ ਮੇਨ ਲੋਕੇਸ਼ਨ ਆ ਜਿਹੜੀ ਉਹ ਹੈਗੀ ਆ ਏਅਰਪੋਰਟ ਐਂਡ ਕੁਈਨ ਤੇ ਦ ਮੇਨ ਇੰਟਰਸੈਕਸ਼ਨ ਇਜ਼ 80 ਮੈਰੀਟਾਈਮ ਓਂਟਾਰੀਓ ਬੁਲੇਵਰਡ ਐਂਡ ਵੀ ਆਰ ਇਨ ਮਾਰਕਮ ਐਸ ਵੈਲ ਹਾਈਵੇ 7 ਐਂਡ ਵਾਰਡਨ ਇਜ਼ ਦ ਮੇਨ ਇੰਟਰਸੈਕਸ਼ਨ ਫਾਰ ਦੈਟ ਅਗੇਨ ਅ ਕਾਈਂਡ ਰਿਕੁਐਸਟ ਤੁਸੀਂ ਮਿਲਣਾ ਚਾਹੁੰਦੇ ਹੋ ਵੀ ਰੀਅਲੀ ਐਪਰੀਸ਼ੀਏਟ ਯੂ ਨੋ ਨਿਊ ਕਲਾਇੰਟਸ ਐਂਡ ਦੈਨ ਅਸਿਸਟਿੰਗ ਯੂ ਵਿਦ ਐਨੀ ਕਾਈਂਡ ਆਫ ਇਨਕੁਆਇਰੀ ਯੂ ਹੈਵ ਰਿਲੇਟਡ ਟੂ ਦੀ ਇਮੀਗ੍ਰੇਸ਼ਨ ਡੂ ਬੁੱਕ ਐਨ ਅਪੁਆਇੰਟਮੈਂਟ ਦੋ ਸੋ ਦੈਟ ਕਿ ਸੀ ਤੁਹਾਡਾ ਵੀ ਨਾ ਟਾਈਮ ਖਰਾਬ ਜਾਵੇ ਐਂਡ ਦੈਨ ਵੀ ਆਰ ਏਬਲ ਟੂ ਅਸਿਸਟ ਯੂ ਰਾਈਟ ਅਵੇ ਐਸ ਯੂ ਕਮ ਇਨ ਟੂ ਅਵਰ ਆਫਿਸ ਜੀ ਜਾਂਦੇ ਜਾਂਦੇ ਇੱਕ ਮਨ ਦੇ ਅੰਦਰ ਸਵਾਲ ਆਇਆ ਬਹੁਤ ਸਾਰੇ ਲੋਕ ਆਉਂਦੇ ਆ ਕਿ ਇਹ ਕੰਸਲਟੈਂਟ ਸਾਨੂੰ LMA ਲੈ ਦੇਣਗੇ ਕਿ ਮਾਨ ਇਮੀਗ੍ਰੇਸ਼ਨ LMI ਦਾ ਪ੍ਰਬੰਧ ਕਰ ਸਕਦੇ ਸੋ ਜੇ ਤੁਹਾਨੂੰ ਕੋਈ ਕੰਸਲਟੈਂਟ ਕਹਿ ਰਿਹਾ ਜੀ ਮੈਂ ਤੁਹਾਨੂੰ LMI ਲੈ ਦੇਵਾਂਗਾ ਦੈਟ ਇਜ਼ ਨਾਟ ਲੀਗਲ ਡੋਂਟ ਫਾਲ ਇਨਟੂ ਦੈਟ ਟ੍ਰੈਪ ਮੇਰੇ ਕੋਲੇ ਬਹੁਤ ਸਾਰੇ ਇਨੋਸੈਂਟ ਸਟੂਡੈਂਟਸ ਆਉਂਦੇ ਆ ਜਿਨ੍ਹਾਂ ਨੇ ਇੰਨੇ ਸਾਰੇ ਯੂ نو ਵੀ نو ਹਾਊ ਹਾਰਡ ਫਾਈਨੈਂਸ਼ੀਅਲੀ ਇਟ ਇਜ਼ ਫॉर देम ਰਾਈਟ ਕਿ ਇੰਨੇ ਸਾਰੇ ਪੈਸੇ ਉਹਨਾਂ ਨੇ ਫਸਾ ਰੱਖੇ ਹੁੰਦੇ ਜੇ ਉਹਨਾਂ ਨੇ ਮੈਨੂੰ ਕਿਹਾ ਸੀ ਮੈਨੂੰ LMI ਲੈ ਦੇਣਗੇ ਹੁਣ ਕੁਝ ਮੈਨੂੰ ਗੱਲਬਾਤ ਨਹੀਂ ਹੋ ਰਹੀ ਹੈਗੀ ਸੋ ਨੋਬਡੀ ਕੈਨ ਬਾਈ ਯੂ ਐਨ LMI ਯੂ نو ਇਫ ਸਮਬਡੀ ਇਜ਼ ਸੇਇੰਗ ਕਿ ਤੁਹਾਨੂੰ LMI ਬਾਈ ਕਰ ਦੇਣਗੇ ਡੂ ਨਾਟ ਫਾਲ ਇਨਟੂ ਦੈਟ ਟ੍ਰੈਪ ਤੁਹਾਡੇ ਕੋਲੇ ਜੈਨੂਇਨ ਇੰਪਲੋਇਰ ਹੋਣਾ ਚਾਹੀਦਾ ਆ ਜਿਹੜਾ ਤੁਹਾਨੂੰ ਜਿਹਨੂੰ ਐਕਚੁਅਲੀ ਕਿਸੇ ਬੰਦੇ ਦੀ ਲੋੜ ਆ ਹਾਇਰ ਕਰਨ ਦੇ ਲਈ ਰਾਈਟ ਓਨਲੀ ਦੈਨ ਯੂ ਵਿਲ ਬੀ ਸਕਸੈਸਫੁਲ ਧੰਨਵਾਦ ਕਮਲ ਜੀ ਤੁਸੀਂ ਇੰਨੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਮੈਨੂੰ ਉਮੀਦ ਹੀ ਨਹੀਂ ਯਕੀਨ ਹੈ ਕਿ ਤੁਹਾਨੂੰ ਇਸ ਪ੍ਰੋਗਰਾਮ ਤੋਂ ਇੰਨੀ ਜ਼ਿਆਦਾ ਜਾਣਕਾਰੀ ਮਿਲ ਜਾਏਗੀ ਜੇ ਤੁਸੀਂ ਕੈਨੇਡਾ ਆਉਣ ਬਾਰੇ ਸੋਚ ਰਹੇ ਹੋ ਕੋਈ ਪਲਾਨ ਕਰ ਰਹੇ ਹੋ ਆਪਣੇ ਬਾਰੇ ਆਪਣੇ ਬੱਚਿਆਂ ਬਾਰੇ ਤੇ ਇਹ ਪ੍ਰੋਗਰਾਮ ਨੂੰ ਦੇਖ ਕੇ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਧਾਰਨਾਵਾਂ ਨੇ ਉਹ ਬਦਲ ਜਾਣਗੀਆਂ ਕਿਉਂਕਿ ਬਹੁਤ ਸਾਰੇ ਗਲਤ ਅਨਸਰ ਜਿਹੜੇ ਆ ਸਾਨੂੰ ਗਲਤ ਸੂਚਨਾਵਾਂ ਦੇ ਕੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੰਦੇ ਆ ਕਿ ਸਾਡੇ ਮਨ ਅੰਦਰ ਸ਼ੰਕੇ ਬਹੁਤ ਰਹਿ ਜਾਂਦੇ ਆ ਪਰ ਜੇ ਕੋਈ ਫਿਰ ਵੀ ਇਸ ਪ੍ਰੋਗਰਾਮ ਤੋਂ ਬਾਅਦ ਵੀ ਕੋਈ ਸ਼ੰਕਾ ਰਾਜੇ ਤੇ ਕਮਲ ਹੁਣਾਂ ਦਿੱਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਮਹਿਮਾਨ ਦੇ ਨਾਲ ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ